ਆਪਾਂ ਇਹ ਸ਼ੇਅਰ ਕਰਨ ਜਾ ਰਹੇ ਹਾਂ ਬੇਟਾ। ਪੰਜਾਬ ਦੇ ਜੋ ਹੈ ਧਰਾਤਲ ਬਾਰੇ ਆਪਾਂ ਗੱਲ ਕਰਨੀ ਹੈ। ਪੰਜਾਬ ਦੇ ਧਰਾਤਲ ਨੂੰ ਬੇਟਾ ਜੋ ਅਸੀਂ ਜਿਵੇਂ ਕਿ ਆਪਾਂ ਭਾਰਤ ਬਾਰੇ ਗੱਲ ਕੀਤੀ ਹੈ ਕਿ ਪੰਜ ਭਾਗਾਂ 'ਚ ਵੰਡਿਆ ਹੋਇਆ, ਇਸੇ ਤਰ੍ਹਾਂ ਹੀ ਜੋ ਸਾਡੇ ਪੰਜਾਬ ਦਾ ਧਰਾਤਲ ਹੈ ਅਸੀਂ ਉਹਨਾਂ ਦੀ ਜੋ ਹੈ ਡਿਵੀਜ਼ਨ ਦੇ ਬਾਰੇ ਗੱਲ ਕਰਨੀ ਹੈ। एक सेकेंड मैं बस जो है अपने आप जी की स्क्रीन बेटा मैं शेयर कर रहा थोड़े नाल, इतों जो है तुहानू अंदाजा हो जाएगा जी। जस्ट ए सेकेंड बेटा हाँ जी लो बेटा ये जो है स्क्रीन आप जी के सामने ਪੰਜਾਬ ਦੇ ਧਰਾਤਲ ਨੂੰ ਅਸੀਂ ਮੇਨ ਜਿਹੜੇ ਭਾਗਾਂ 'ਚ ਵੰਡਿਆ ਹੈ ਸਭ ਤੋਂ ਪਹਿਲਾਂ ਹੈ ਆਪਣੇ ਸ਼ਿਵਾਲਿਕ ਦੇ ਪਹਾੜ ਬੇਟਾ। ਓਕੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਅੰਡੀ ਖੇਤਰ ਦੀ ਅਤੇ ਫਿਰ ਵਿਸ਼ਾਲ ਜਲੋੜੀ ਮੈਦਾਨ ਔਰ ਫਿਰ ਆਪਾਂ ਗੱਲ ਕਰਾਂਗੇ ਦੱਖਣ ਪੱਛਮੀ ਰੇਤਲੇ ਟਿੰਬੇ। ਜਿਵੇਂ ਤੁਹਾਡੀ ਬੇਟਾ ਕਿਤਾਬ ਦੇ ਵਿੱਚ ਜੋ ਸੀਕੁਐਂਸ ਹੈ ਨਾ ਉਹਦੇ ਹਿਸਾਬ ਨਾਲ ਆਪਾਂ ਗੱਲ ਕਰਾਂਗੇ ਅਤੇ ਮੈਦਾਨਾਂ ਬਾਰੇ ਗੱਲ ਕਰਾਂਗੇ ਔਰ ਜਿਹੜੇ ਆਪਣੇ ਪ੍ਰਮੁੱਖ ਜੋ ਭੂਗੋਲਿਕ ਇਕਾਈਆਂ ਨੇ ਆਪਣੇ ਪੰਜਾਬ ਦੀਆਂ ਉਹਦੇ ਬਾਰੇ ਵੀ ਜੋ ਹੈ ਆਪਾਂ ਚਰਚਾ ਕਰਾਂਗੇ। ਆਓ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਸ਼ਿਵਾਲਿਕ ਦੇ ਪਹਾੜ। ਸ਼ਿਵਾਲਿਕ ਦੇ ਪਹਾੜ ਬੇਟਾ ਤੁਸੀਂ ਜਿਵੇਂ ਦੇਖ ਰਹੇ ਹੋ ਇਹਦੇ ਮੇਨ ਤਿੰਨ ਹਿੱਸੇ ਨੇ। ਸਭ ਤੋਂ ਪਹਿਲਾਂ ਜੋ ਹੈ ਗੁਰਦਾਸਪੁਰ ਪਠਾਨਕੋਟ ਸ਼ਿਵਾਲਿਕ, ਠੀਕ ਹੈ ਜੀ। ਉਸ ਤੋਂ ਬਾਅਦ ਜੋ ਹੈ ਹੁਸ਼ਿਆਰਪੁਰ ਸ਼ਿਵਾਲਿਕ ਅਤੇ ਫਿਰ ਜੋ ਹੈ ਰੋਪੜ ਸ਼ਿਵਾਲਿਕ। ਜਿਵੇਂ ਕਿ ਆਪਣਾ ਜੋ ਪੰਜਾਬ ਦਾ ਮੈਪ ਹੈ ਉਹਦੇ ਸਭ ਤੋਂ ਉੱਪਰ ਜੋ ਬੇਟਾ ਡਿਸਟ੍ਰਿਕਟ ਹੈ ਪਠਾਨਕੋਟ ਹੈ ਫਿਰ ਗੁਰਦਾਸਪੁਰ। ਅਤੇ ਇਹ ਜੋ ਸ਼ਿਵਾਲਿਕ ਲੜੀ ਹੈ ਗੁਰਦਾਸਪੁਰ ਅਤੇ ਪਠਾਨਕੋਟ ਦੇ ਵਿੱਚ ਹੈ ਬੇਟਾ ਔਰ ਇਹਦੀ ਜਿਹੜੀ ਉਸਤ ਉਚਾਈ ਹੈ ਉਹ 1000 ਮੀਟਰ ਹੈ ਬੇਟਾ। ਅਤੇ ਪਾਣੀ ਦੇ ਤੇਜ਼ ਕਟਾਅ ਕਾਰਨ ਇੱਥੇ ਜਿਹੜੀਆਂ ਨੇ ਡੂੰਘੀਆਂ ਖੱਡਾਂ ਨੇ, ਕਿਉਂਕਿ ਜਦੋਂ ਤਿੱਖੀਆਂ ਢਲਾਣਾਂ ਨੇ ਹਿਮਾਲਿਆ ਪਰਬਤ ਦੀਆਂ ਜਦੋਂ ਪਾਣੀ ਸਪੀਡਲੀ ਆਉਂਦਾ ਹੈ ਅਤੇ ਉਹ ਹੌਲੀ ਹੌਲੀ ਜੋ ਹੈ ਘੱਟਦਾ ਰਹਿੰਦਾ ਹੈ ਚਟਾਨਾਂ ਨੂੰ, ਇਸ ਕਰਕੇ ਜਿਹੜੀਆਂ ਇੱਥੇ ਡੂੰਘੀਆਂ ਖੱਡਾਂ ਬਣ ਗਈਆਂ ਨੇ। ਅਤੇ ਪਠਾਨਕੋਟ ਜ਼ਿਲ੍ਹੇ ਦਾ ਜੋ ਧਾਰ ਕਲਾਂ ਬਲਾਕ ਹੈ ਇਹ ਸ਼ਿਵਾਲਿਕ ਦੇ ਪਹਾੜਾਂ ਵਿੱਚ ਹੈ ਬੇਟਾ, ਧਾਰ ਕਲਾਂ ਬਲਾਕ। ਓਕੇ ਜੀ, ਗੁਰਦਾਸਪੁਰ ਪਠਾਨਕੋਟ ਆਪਾਂ ਸ਼ਿਵਾਲਿਕ ਦੀ ਗੱਲ ਕੀਤੀ ਹੈ ਅਤੇ ਇਹ ਜਿਹੜਾ ਹੈਗਾ ਰਾਵੀ ਤੋਂ ਬਿਆਸ ਦਰਿਆ ਤੱਕ ਹੈ ਬੇਟਾ ਗੁਰਦਾਸਪੁਰ ਪਠਾਨਕੋਟ ਸ਼ਿਵਾਲਿਕ। ਅਤੇ ਹੁਣ ਆਪਾਂ ਗੱਲ ਕਰੀਏ ਹੁਸ਼ਿਆਰਪੁਰ ਸ਼ਿਵਾਲਿਕ ਦੀ, ਇਹ ਹੈ ਬਿਆਸ ਤੋਂ ਸਤਲੁਜ ਤੱਕ ਅਤੇ ਸਭ ਤੋਂ ਉੱਚਾ ਬਲਾਕ ਇਹਦਾ ਹੈ ਤਲਵਾੜਾ ਔਰ ਇਹਦੇ ਵਿੱਚ ਕੁਛ ਬੇਟਾ ਚੌਹਾਂ ਨੇ ਜਿਨ੍ਹਾਂ ਦਾ ਨਾਮ ਹੈ ਕੋਟ ਮਹਿਰਾਂ ਅਤੇ ਦੱਲੇ ਕੀ ਖੱਟ। ਕੋਟ ਮਹਿਰਾਂ ਦੱਲੇ ਕੀ ਖੱਟ ਹੁਸ਼ਿਆਰਪੁਰ ਸ਼ਿਵਾਲਿਕ ਦੇ ਵਿੱਚ ਹੈ ਔਰ ਇਹ ਜਿਹੜਾ ਬਿਆਸ ਤੋਂ ਸਤਲੁਜ ਦਰਿਆ ਵਿਚਕਾਰ ਹੈ ਇਹਦੀ ਲੰਬਾਈ ਬੇਟਾ ਤਕਰੀਬਨ 130 ਕਿਲੋਮੀਟਰ ਹੈ। 130 ਹਾਂਜੀ 130 ਕਿਲੋਮੀਟਰ ਔਰ ਇਹਦੇ ਵਿੱਚ ਜਿਹੜੇ ਆਪਣੇ ਮੇਨ ਜੋ ਜ਼ਿਲ੍ਹੇ ਆਉਂਦੇ ਨੇ ਬੇਟਾ ਉਹਦੇ ਵਿੱਚ ਹੈ ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਰੂਪਨਗਰ ਜ਼ਿਲ੍ਹੇ ਦਾ ਨੂਰਪੁਰ ਬੇਦੀ ਬਲਾਕ। ਨੂਰਪੁਰ ਬੇਦੀ ਬਲਾਕ ਬੇਟਾ ਹੁਸ਼ਿਆਰਪੁਰ ਸ਼ਿਵਾਲਿਕ ਦੇ ਵਿੱਚ ਬਿਆਸ ਤੋਂ ਸਤਲੁਜ ਤੱਕ। ਜਿਹੜਾ ਗੁਰਦਾਸਪੁਰ ਪਠਾਨਕੋਟ ਸੀ ਇਹ ਰਾਵੀ ਤੋਂ ਬਿਆਸ ਤੱਕ, ਬਿਆਸ ਤੋਂ ਸਤਲੁਜ ਤੱਕ,
जो सतलुज तो घग्गर तक है ये अपना रोपड़ शिवालिक, तकरीबन 90 किलोमीटर लंबाई है इहदी। और सतलुज दे जो है अपना उत्तर दे विच बटा नंगल, नंगल तो शुरू होके ये चंडीगढ़ तक जाता है घग्गर दरिया तक, असी इन्हू कहने रोपड़ शिवालिक। ओके, और ये जरा है मौसमी चौवां दे नाल भरिया होया बेटा, और मौसमी चौवां दे होर नाम इहदे च हैगा रो अते काड़, जिहड़े स्थानक नाम ने चौवां दे रो अते काड़, रोपड़ शिवालिक बेटा। यह जरा अपना सारा सी शिवालिक दे पहाड़ां बारे आपां गल कीती है कि तीन जिहड़ियां दे मेन पार्ट ने अपने, गुरदासपुर पठानकोट शिवालिक, हुशियारपुर शिवालिक, रोपड़ शिवालिक। फिर है अपना कंडी खेतर। कंडी खेतर दे विच जिहड़ा सारे अपने सूबे दी बेटा पंजाब दी तकरीबन 5 लाख हैक्टेयर जो है भूमि इहदे विच कवर है, जिहड़ा कि सारे एरिए दा 10% बनता है, 10%। हाँ जी, 5 लाख जो हैक्टेयर भूमि है वह 10%। ये 5 जिले और 22 ब्लाक शामिल ने। इस खेतर की जो मिट्टी है वो मुसामदार है, पूरा खेतर भरिया हुआ चौवां के नाल। इस मिट्टी का जरा निर्माण होया है बेटा जो कंडी खेतर का, वो शिवालिक के पैरों में जलोड़ी पक्षियों के आपस में मिलन करके, शिवालिक के पैरों में जलोड़ी पक्षियों के आपस में मिलन करके बैठा कंडी खेतर का निर्माण होया। पंजाब सरकार वालों एरिया नोटिफाई किया होया, डेरा बसी चंडीगढ़, रोपड़, बलाचौर, हुशियारपुर ते मुकेरिया, आ जरा एरिए बेटा गवर्नमेंट ऑफ पंजाब ने नोटिफाई किया हुआ है कंडी खेतर वास्ते। ते कंडी खेतर नू आनंदपुर दे विच चंगर दे नाम नाल जाना जाता है बेटा, चंगर। ओके, इस अपना जिहड़ा है कंडी खेतर, 5 जिले, 22 ब्लॉक, 5 लाख हैक्टेयर जो है एरिया, 10% जिहड़ा है यह सारा हिस्सा बनता अपने पंजाब का जो कि कंडी खेतर के अधीन है। मिट्टी इन्हां दी मुसामदार हुंदी है और ये जिहड़ा खेतर है चौवां दे नाल भरिया होया है बेटा। ते आओ हुण आपां जिहड़ी अगे गल करिए जलोड़ी मैदान। जिहड़े जलोड़ी मैदान ने बेटा वो सिंध ते उस दियां सहायक नदियां द्वारा जो है रोड़ के लैंदी गई मिट्टी तो बने ने। जलोड़ी मैदान इहदी ऊंचाई जिहड़ी है मैदानां दी 200 तों 300 मीटर उच्ची है, ते जिहड़ी ढलान है बेटा वो पूरब तों पछम तक, पूरब तों पछम तक। ते अगों इहनां दियां जो है ने भूगोलिक इकाइयां बेटा अपनियां जो है जलोड़ी मैदान नूं जो होर नाम ने बेटा मंड, बेठ, तला, चंगर ते काड़। जो बेठ एरिया हैगा जिहड़ा अपना ये इहनां दे होर नाम ने। और ये जिहड़ा जलोड़ी मैदान है नदियां दे कंडियां दा जो नेड़ला इलाका है और नीवा इलाका हुंदा है, इसे करके जो आपां इहनूं खाडर दे मैदान कहिंदे आ, और अपने पंजाब दे विच बेठ एरिया कहिंदे ने। ते बेठ दे जिहड़े दूसरे नाम ने बेटा मंड, तला, चंगर अते काड़। सारे जो है जलोड़ी मैदान नूं बेटा जो अपने पंजाब दे विच असीं मेन तीन भागां च वंडिया है, मारी दुआब, बिस्त दुआब, सिज दुआब। बेटा सिज दा मतलब है सतलुज और जमुना, जिहड़ा ओह इलाका अपना पैंदा है सतलुज ते जमुना वाला। आओ आपां गल करिए सब तो पहले बारी दुआब। जिहड़ा बारी दुआब है ये ब्यास अते रावी दा इलाका, देखो आ जो रावी है,
जो है ब्यास, ये जिहड़े साडे मेन मौसमी जिहड़े दरिया कह लो वी, रावी तो बाद सक्की किरण, उदियारा, कसूर, पट्टी ते ब्यास, ये जिहड़ा सारा एरिया है ये साडा बारी दुआबे दे विच आउंदा है, ब्यास अते रावी दे विच। ते बारी दा ही जिहड़ा होर नाम है वह है माझा। ते जिहड़े इत्थे लोक ने रहिण वाले उन्हां नूं कहिंदे ने मझैल, मझैल ते माझा। हुण जो अपना बिस्त दुआब है ब्यास ते सतलुज, इहदे विच बेटा पछमी दुआबा, मंजकी दुआब, ढक दुआब ते बेट अते बेट जां खाडर बिस्त दुआब दे विच। जेकर मैं गल करां सिज दुआब, सतलुज ते जमुना, इहदे विच जिहड़ा एरिया आउंदा है कोटकपूरे दा पठार, मैली वाद दा इलाका, हड़ां दे मैदान, रेतले टिब्बे। हाँ जी, कोटकपूरा पठार, नैली वाद, हड़ां दे मैदान और रेतले टिब्बे, ये अपने सारे आउंदे ने सिज दुआब दे विच। ये जिहड़ी आपां बेटा गल कीती है पंजाब दे जिहड़े विशाल जलोड़ी मैदान ने, दुनिया अंदर सब तों वध उपजाऊ मैदान अपने ये पंजाब दे दुआबे ने। ते आओ जी हुण आपां गल करिए दक्खण पछमी जिहड़े रेतले टिब्बे है, पर इहनां तों गल करन तों पहलां जिहड़े साडे मैदान ने बेटा पंजाब दे, जो असीं भूगोलिक दृष्टि तों वंडे ने, आपां उहनां दी वी गल कर लईए, उहनां ते नज़र मारीए कि भूगोलिक दृष्टि तों जो है असीं आपदे जो पंजाब दे मैदानां नूं पंज भागां च वंडिआ है। सब तों पहलां है चौहां वाले इलाके दे मैदान, फिर हड़ां दे मैदान, नैली जलोड़ दे मैदान, ते उच्ची भूमि दे जलोड़ मैदानां विचाले रेतले टिब्बे, ये पंज भाग ने बेटा। जिहड़े चौहां वाले इलाके दे मैदान ने ये शिवालिक दे पैरां विच ने, ते इत्थे पानी दा पद्धर काफ़ी नीवां है, कंकर वगैरह ज़्यादा हुंदे ने इत्थे, और जदों बारिश वगैरह आउंदी है ते बेटा सारे जिहड़े चोह भर जांदे ने, जिस नाल जान माल दा काफ़ी नुकसान हुंदा है चौहां वाले इलाके विच। और ये जो जिहड़ा हड़ां दा मैदान है ये रावी ब्यास ते सतलुज, जो इहनां दा बेट एरिया है बेटा रावी ब्यास ते सतलुज, जिहदे विच अपना आउंदा है फिलौर, आनंदपुर ते नकोदर। फिलौर, आनंदपुर ते नकोदर दे एरिए नूं असीं कहिंदे आ हड़ां दे मैदान। नैली दे मैदान कहिड़े हुंदे है? घग्गर नदी द्वारा जो है निर्माण किए गए जलोड़ी मैदान ने बेटा, उन्होंने जो है स्थानक भाषा दे विच नैली दे मैदान कहिंदे ने। और ये जिहड़ा एरिया आउंदा है बेटा कुड़ाम, समाना ते मानसा, और ये साडे पंजाब दे दक्षण पूर्व दे विच ने। कुड़ाम, समाना ते मानसा नैली दे मैदान, फिलौर, आनंदपुर ते नकोदर, ये साडे हड़ां दे मैदान। ते जलोड़ दे मैदान तुसी जानदे हो कि जलोड़ी मिट्टी हुंदी है, दो तरह की हुंदी है बेटा, खाडर और बांगर। जो पुरानी मिट्टी है बांगर, जिहड़ी कि नदियां तों दूर उच्चे इलाके हुंदे ने, ते जिहड़ी खाडर मिट्टी है वह नदियां दे जो है नाल नीवे इलाके च हुंदी है। ये जिहड़े मैदान ने ये बारी ते बिस्त दबाव दे इलाके, बारी मतलब ब्यास ते रावी, ब्यास ते सतलुज दे इलाके बेटा जलोड़ दे मैदान। इहदा जिहड़ा लास्ट है उच्ची भूमि दे जलोड़ मैदानां विचाले रेतले टिब्बे, और ये हड़ां तों बचा ली बेटा इत्थे ड्रेना कढ़ियां गईयां ने, क्योंकि जदों इहनां च हड़ आउंदे ने बेटा ते रेत दे टिब्बे वगैरह वी विच आ जांदे ने, पर हुण जो है असीं इहनां नूं वाही योग बना लिया है, ते अजकल जिहड़ी ओह पुरानियां गल्लां नहीं रहियां। ये जिहड़ा इलाका है ये सतलुज दे दक्षणी भागां विच जिहड़ा पानी दा वहा जिहड़ा है घग्गर वल हुंदा है, और घग्गर वल जो बेटा होण करके
ਇਹ ਕਿਤੇ ਕਿਤੇ ਜੋ ਹੈ ਜਦੋਂ ਪਾਣੀ ਵਹਿੰਦਾ ਤਾਂ ਰੇਤ ਦੇ ਟਿੱਬੇ ਬਣ ਜਾਂਦੇ ਨੇ, ਤੇ ਪਰ ਹੁਣ ਜੋ ਹੈ ਹੜ੍ਹਾਂ ਤੋਂ ਬਚਾਅ ਵਾਸਤੇ ਅਸੀਂ ਡਰੇਨਾਂ ਕੱਢੀਆਂ ਹੈ, ਇਸ ਕਰਕੇ ਜੋ ਹੈ ਉਹਨਾਂ ਵਿੱਚ ਕੋਈ ਜ਼ਿਆਦਾ ਖਤਰਾ ਨਹੀਂ ਹੈ ਕਿਉਂਕਿ ਅਸੀਂ ਟਿੱਬਿਆਂ ਨੂੰ ਵਾਹੀ ਯੋਗ ਬਣਾ ਲਿਆ ਹੈ ਬੇਟਾ। ਠੀਕ ਹੈ ਜੀ, ਅਤੇ ਇਹਦੇ ਵਿੱਚ ਜਿਹੜਾ ਮੇਨ ਆਪਣਾ ਇਹ ਸੀ। ਔਰ ਹੁਣ ਆਪਾਂ ਗੱਲ ਕਰਦੇ ਹਾਂ ਦੱਖਣ ਪੱਛਮ ਦੇ ਜਿਹੜੇ ਰੇਤਲੇ ਟਿੱਬੇ ਨੇ ਬੇਟਾ। ਦੱਖਣ ਪੱਛਮ ਦੇ ਜਿਹੜੇ ਰੇਤਲੇ ਟਿੱਬੇ ਹੈ ਇਹ ਮੇਨ ਪੰਜਾਬ ਦੇ ਦੱਖਣ ਪੱਛਮ ਵਿੱਚ ਵੱਲ ਹੈਗੇ ਨੇ, ਜੋ ਕਿ ਰਾਜਸਥਾਨ ਨਾਲ ਜਿਹੜੀ ਲੱਗਦੀ ਸਰਹੱਦ ਹੈ, ਜਿਵੇਂ ਕਿ ਆਪਣਾ ਜੋ ਹੈ ਰਾਜਸਥਾਨ ਨਾਲ ਡਿਸਟ੍ਰਿਕਟ ਫਾਜ਼ਿਲਕਾ ਲੱਗਦਾ ਹੈ, ਔਰ ਬਾਕੀ ਜਿਹੜੇ ਜ਼ਿਲ੍ਹੇ ਨੇ ਬਠਿੰਡਾ ਬੇਟਾ, ਮਾਨਸਾ, ਫਾਜ਼ਿਲਕਾ ਹੋ ਗਿਆ, ਪਟਿਆਲਾ, ਮੁਕਤਸਰ, ਫਰੀਦਕੋਟ, ਇਹ ਜਿਹੜੇ 6 ਆਪਣੇ ਜ਼ਿਲ੍ਹੇ ਨੇ ਜਿਹੜੇ ਕਿ ਟਿੱਬਿਆਂ ਦੀ ਢਲਾਨ ਮਿਲਦੀ ਹੈ, ਔਰ ਜਿਹੜੀ ਢਲਾਨ ਟੇਢੀ ਮੇਢੀ ਹੈ। ਪਰ ਹੁਣ ਜੋ ਹੈ ਇਹ ਟਿੱਬੇ ਅੱਜ ਕੱਲ੍ਹ ਉਸ ਤਰ੍ਹਾਂ ਪੁਰਾਣੇ ਪਹਿਲਾਂ ਵਾਲੇ ਨਹੀਂ ਰਹੇ, ਕਿਉਂਕਿ ਸਾਡੇ ਮਿਹਨਤੀ ਕਿਸਾਨਾਂ ਨੇ ਟਿੱਬਿਆਂ ਨੂੰ ਜਿਹੜਾ ਹੈ ਅਸੀਂ ਜੋ ਹੈ ਉਹਨੂੰ ਵਾਹੀ ਯੋਗ ਬਣਾ ਲਿਆ ਹੈ, ਖੇਤੀ ਯੋਗ ਬਣਾ ਲਿਆ ਹੈ ਸਿੰਚਾਈ ਵਗੈਰਾ ਕਰਕੇ, ਅਤੇ ਜਿਸ ਕਰਕੇ ਜੋ ਹੁਣ ਕੁਦਰਤੀ ਭੂਗੋਲਿਕ ਵਿਸ਼ੇਸ਼ਤਾ ਹੈ ਬੇਟਾ ਇਹ ਹੁਣ ਲਗਭਗ ਖਤਮ ਹੋ ਗਈ ਹੈ। ਪਰ ਆਪਾਂ ਫਿਰ ਵੀ ਦੁਹਰੇ ਲਿਖਦੇ ਹੈਗੇ ਹਾਂ ਦੱਖਣ ਪੱਛਮ ਦੇ ਜਿਹੜੇ ਰੇਤਲੇ ਟਿੱਬੇ ਨੇ, ਔਰ ਜੋ ਇੱਥੋਂ ਦੀ ਜਲਵਾਯੂ ਹੈ ਬੇਟਾ ਉਹ ਹੈ ਅਰਧ ਖੁਸ਼ਕ ਜਲਵਾਯੂ। ਜੋ ਦੱਖਣ ਪੱਛਮ ਦੇ ਜਿਹੜੇ ਰੇਤਲੇ ਟਿੱਬੇ ਨੇ ਉਹਨਾਂ ਦੀ ਜੋ ਜਲਵਾਯੂ ਹੈ ਬੇਟਾ ਉਹ ਅਰਧ ਖੁਸ਼ਕ ਜਲਵਾਯੂ। ਠੀਕ ਹੈ ਜੀ, ਅਤੇ ਇਹ ਜੋ ਹੈ ਬੇਟਾ ਅੱਜ ਦੇ ਲੈਸਨ ਦੇ ਵਿੱਚ ਆਹ ਮੇਨ ਜੋ ਹੈ ਆਪਾਂ ਕੀਤਾ ਹੈ ਸਾਂਝਾ ਤੁਹਾਡੇ ਨਾਲ। ਇੱਕ ਵਾਰੀ ਮੈਂ ਫਿਰ ਮੇਨ ਮੇਨ ਮੋਟਾ ਮੋਟਾ ਦੱਸ ਦਿੰਦਾ ਕਿ ਪੰਜਾਬ ਦੇ ਧਰਾਤਲ ਨੂੰ ਜੋ ਹੈ ਅਸੀਂ ਮੇਨ ਸ਼ਿਵਾਲਿਕ ਦੇ ਪਹਾੜ, ਕੰਢੀ ਖੇਤਰ, ਵਿਸ਼ਾਲ ਜਲੋੜੀ ਮੈਦਾਨ ਅਤੇ ਦੱਖਣ ਪੱਛਮੀ ਰੇਤਲੇ ਟਿੱਬਿਆਂ ਦੇ ਵਿੱਚ ਵੰਡਿਆ ਹੋਇਆ। ਸ਼ਿਵਾਲਿਕ ਦੇ ਪਹਾੜਾਂ ਨੂੰ ਫਿਰ ਅਸੀਂ 3 ਹਿੱਸਿਆਂ 'ਚ ਵੰਡਿਆ, ਗੁਰਦਾਸਪੁਰ ਪਠਾਨਕੋਟ ਸ਼ਿਵਾਲਿਕ, ਹੁਸ਼ਿਆਰਪੁਰ ਸ਼ਿਵਾਲਿਕ ਅਤੇ ਰੋਪੜ ਸ਼ਿਵਾਲਿਕ। ਉਹਦੇ ਵਿੱਚ ਆਪਾਂ ਵੱਖਰਾ ਵੱਖਰਾ ਕੀਤਾ ਵੀ ਜਿਹੜਾ ਹੈ ਆਪਣੇ ਰਾਵੀ ਤੋਂ ਬਿਆਸ ਤੱਕ ਗੁਰਦਾਸਪੁਰ ਪਠਾਨਕੋਟ, ਬਿਆਸ ਤੋਂ ਸਤਲੁਜ ਹੁਸ਼ਿਆਰਪੁਰ ਸ਼ਿਵਾਲਿਕ ਅਤੇ ਸਤਲੁਜ ਤੋਂ ਘੱਗਰ ਤੱਕ ਰੋਪੜ ਸ਼ਿਵਾਲਿਕ ਆਉਂਦਾ ਬੇਟਾ। ਅੱਗੇ ਆਪਾਂ ਕੰਢੀ ਖੇਤਰ ਦੀ ਗੱਲ ਕੀਤੀ ਹੈ, 5 ਜ਼ਿਲ੍ਹੇ ਨੇ, 22 ਬਲੋਕ ਨੇ, 5 ਲੱਖ ਹੈਕਟੇਅਰ ਭੂਮੀ ਹੈ ਅਤੇ 10% ਜੋ ਹੈ ਇਹ ਸਾਰਾ ਜ਼ਮੀਨ ਦਾ ਹਿੱਸਾ ਬਣਦਾ ਹੈ। ਮਿੱਟੀ ਇੱਥੋਂ ਦੀ ਮੁਸਾਮਦਾਰ, ਚੋਆਂ ਨਾਲ ਭਰੇ ਹੋਏ ਅਤੇ ਸ਼ਿਵਾਲਿਕ ਦੇ ਪੈਰਾਂ ਵਿੱਚ ਜਲੋੜੀ ਪੌਦਿਆਂ ਦੇ ਸੋਰੀ ਜਲੋੜੀ ਪੱਖਿਆਂ ਦੇ ਆਪਸ ਵਿੱਚ ਮਿਲਣ ਕਰਕੇ ਜੋ ਹੈ ਕੰਢੀ ਖੇਤਰ ਦਾ ਨਿਰਮਾਣ ਹੋਇਆ ਅਤੇ ਪੰਜਾਬ ਸਰਕਾਰ ਨੇ ਕੁਛ ਏਰੀਆ ਨੋਟੀਫਾਈ ਕੀਤਾ ਹੈ, ਡੇਰਾਬੱਸੀ, ਚੰਡੀਗੜ੍ਹ, ਰੋਪੜ, ਬਲਾਚੌਰ, ਹੁਸ਼ਿਆਰਪੁਰ ਅਤੇ ਮੁਕੇਰੀਆਂ, ਔਰ ਅਨੰਦਪੁਰ ਸਾਹਿਬ ਦੇ ਵਿਖੇ ਬੇਟਾ ਇਸਦਾ ਨਾਮ ਜੋ ਹੈ ਝੰਗਰ। ਅਤੇ ਆਪਾਂ ਜਲੋੜੀ ਮੈਦਾਨ ਦੀ ਗੱਲ ਕਰੀਏ, ਇਹ ਨਦੀਆਂ ਦੇ ਕੰਢਿਆਂ ਦਾ ਨੇੜਲਾ ਇਲਾਕਾ ਹੈ ਬੇਟਾ, ਨੀਵਾਂ ਇਲਾਕਾ ਹੈ, ਇਸ ਨੂੰ ਬੇਠ ਜਾਂ ਖਾਡਰ ਦੇ ਮੈਦਾਨ ਕਿਹਾ ਜਾਂਦਾ ਹੈ, ਹੋਰ ਨਾਮ ਇਹਦੇ ਹੈਗੇ ਨੇ ਤੱਲਾ, ਚੰਗਰ, ਕਾੜ, ਮੰਡ, ਅਤੇ ਅੱਗੋਂ ਆਪਾਂ ਫਿਰ ਇਹਦੇ 3 ਭਾਗ ਕੀਤੇ, ਬਾਰੀ ਦੁਆਬ, ਬਿਸ ਦੁਆਬ ਅਤੇ ਸਿੱਜ ਦੁਆਬ। ਇਹ ਜਿਹੜਾ ਇਲਾਕਾ ਹੈ ਜਿਹੜਾ ਜਲੋੜੀ ਮੈਦਾਨ ਸਿੰਧ ਅਤੇ ਉਸਦੀਆਂ ਸਹਾਇਕ ਨਦੀਆਂ ਦੁਆਰਾ ਮਿਲ ਕੇ ਬਣਾਇਆ ਗਿਆ। ਔਰ ਭੂਗੋਲਿਕ ਦਾ ਇੱਥੇ ਗੱਲ ਕਰੀਏ ਤਾਂ 5 ਭਾਗ ਨੇ ਬੇਟਾ, ਚੋਆਂ ਵਾਲੇ ਇਲਾਕੇ ਦੇ ਮੈਦਾਨ, ਹੜ੍ਹਾਂ ਦੇ ਮੈਦਾਨ, ਨੈਲੀ ਜਲੋੜ ਦੇ ਮੈਦਾਨ ਅਤੇ ਉੱਚੀ ਭੂਮੀ ਦੇ ਜਿਹੜੇ ਮੈਦਾਨ ਨੇ ਜਿੱਥੇ ਰੇਤਲੇ ਟਿੱਬੇ ਨੇ ਬੇਟਾ ਉਹਨਾਂ ਦੀ ਜੋ ਆਪਾਂ ਇਹ ਗੱਲ ਕੀਤੀ ਹੈ ਇੱਥੇ। ਅਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਜੋ ਹੈ ਇਹ ਲੈਕਚਰ ਜਿਹੜਾ ਆਪਣਾ ਅੱਜ ਦਾ ਹੈਗਾ ਸੀ ਸਮਝ ਬੇਟਾ ਆ ਗਿਆ ਹੋਊਗਾ। ਔਰ ਇਹ ਬੇਟਾ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਤੁਹਾਡੀ ਅੱਜ ਦੀ ਲਾਸਟ ਕਲਾਸ ਹੈ, ਕਿਉਂਕਿ ਇਸ ਤੋਂ ਬਾਅਦ ਜੋ ਹੈ ਅਸੀਂ ਕਲਾਸ ਜੋ ਹੈ 10ਵੀਂ ਸ਼ੁਰੂ ਕਰਨੀ ਹੈ ਅਤੇ ਤੁਸੀਂ ਐਵੇਂ ਹੀ ਆਪਦਾ ਪੜ੍ਹਦੇ ਰਹਿਣਾ। ਓਕੇ, ਮੇਰੇ ਵੱਲੋਂ ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਜੋ ਹੈ ਧੰਨਵਾਦ, ਔਰ ਮੇਰੇ ਵੱਲੋਂ ਸਾਰਿਆਂ ਨੂੰ ਜੈ ਹਿੰਦ।